4 ਸਾਲ 4 ਬਜਟ ਪੇਸ਼ ਕਰਤੇ ਇੰਨੇ ਮੌਕੇ ਸੀ ਉਹਨੂੰ ਆਪਣੀਆਂ ਵਾਅਦੇ ਪੂਰੇ ਕਰਨ ਦੇ ਪਰ ਨੀਅਤ ਸਾਫ਼ ਨਹੀਂ ਇਹਦੇ ਦਿਲ 'ਚੋਂ ਦਰਦ ਨਹੀਂ ਕੈਪਟਨ ਦਾ ਨਿਸ਼ਾਨਾ ਇੱਕੋ ਸੀ ਮੈਂ ਤਾਂ ਮੁੱਖ ਮੰਤਰੀ ਬੰਨਣਾ ਹੈ ਅਖੀਰਲੀ ਵਾਰ ਮੁੱਖ ਮੰਤਰੀ ਬੰਨਣਾ ਹੈ ਤੇ ਦੇਖੋ 4 ਸਾਲ ਹੋ ਗਏ ਦਿਖਾਈ ਦਿੱਤਾ ਕਿ ਕੈਪਟਨ ਦਿਖਾਈ ਦਿੱਤਾ 4 ਸਾਲ ਜਿਹੜਾ ਮੁੱਖ ਮੰਤਰੀ 4 ਸਾਲ ਘਰੋਂ ਉਹਨਾਂ ਨਿਕਲੇ ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਪਹਿਲਾ ਸੂਬਾ ਹਿੰਦੁਸਤਾਨ ਵਿੱਚ ਜਿਹੜਾ ਬਗੈਰ ਮੁੱਖ ਮੰਤਰੀ ਤੋਂ ਚਲੀ ਜਾਂਦਾ ਹੈ ਅੱਜ ਇਕੱਠੇ ਕਿਉਂ ਹੋਏ ਆ ਯਾਦ ਕਰਾਉਣ ਵਾਸਤੇ ਕੈਪਟਨ ਨੂੰ ਕਿ ਪੰਜਾਬ ਮੰਗਦਾ ਜਵਾਬ ਜਿਹੜੀ ਤੂੰ ਝੂਠੀ ਸੌਖਾਦੀ ਸੀ ਕਿ ਚਾਰ ਹਫ਼ਤਿਆਂ ਦੇ ਅੰਦਰ ਮੈਂ ਨਸ਼ਾ ਬੰਦ ਕਰ ਦੂੰਗਾ ਅੱਜ ਸਭ ਤੋਂ ਵੱਧ ਨਸ਼ਾ ਅੱਜ ਕਾਂਗਰਸੀ ਆਪਣੇ ਗੁੰਡਿਆਂ ਰਾਈ ਵਕਾਰੇ ਐ ਹਰ ਹਲਕਾ ਇੰਚਾਰਜ ਕਾਂਗਰਸ ਦਾ ਗੁੰਡਿਆਂ ਨਹੀਂ ਆਪਣੇ ਏਜੰਟਾਂ ਰਾਈ ਬਗਾਰੇ ਤੇ ਮਹੀਨਾ ਬੰਨੀ ਬੈਠੇ ਆ ਕੈਪਟਨ ਸਾਹਿਬ ਪੰਜਾਬ ਮੰਗਦਾ ਜਵਾਬ ਜਿਹੜਾ ਤੁਸੀਂ ਕਿਹਾ ਸੀ ਘਰ ਘਰ ਨੌਕਰੀ ਦਊਂਗਾ ਹਰ ਘਰ ਵਿੱਚ ਇੱਕ ਨੌਕਰੀ ਦਊਂਗਾ ਹਲੇ ਇੱਕ ਵੀ ਨੌਜਵਾਨ ਨੌਕਰੀ ਨਹੀਂ ਮਿਲੀ ਪੰਜਾਬ ਮੰਗਦਾ ਜਵਾਬ ਜਿਹੜਾ ਤੁਸੀਂ ਕਿਹਾ ਸੀ ਕਿ ਮੈਂ ਸਾਰਿਆਂ ਦਾ ਕਰਜ਼ਾ ਮਾਫ਼ ਕਰ ਦਊਂਗਾ ਕੈਪਟਨ ਨੇ ਕੀ ਕਿਹਾ ਸੀ ਕਿ ਤੁਸੀਂ ਕੋਈ ਆੜਤੀਆ ਦਾ ਕਰਜ਼ਾ ਨਹੀਂ ਦੇਣਾ ਕੋਈ ਬੈਂਕ ਦਾ ਕਰਜ਼ਾ ਨਹੀਂ ਦੇਣਾ ਕੋਈ ਕੋਆਪਟਿਟਿਵ ਬੈਂਕ ਦਾ ਕਰਜ਼ਾ ਨਹੀਂ ਦੇਣਾ ਸਾਰੇ ਕਰਜ਼ੇ ਮੈਂ ਮaaf ਕਰੂੰਗਾ ਕਰਨਾ ਕੀ ਸੀ ਅੱਜ ਗਰੀਬ ਆਤਮ ਹੱਤਿਆ ਕਰ ਰਿਹਾ ਐ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਆਓ جنگ ਸ਼ੁਰੂ ਹੋ ਗਈ ਐ ਹੁਣ ਨਹੀਂ ਟਿਕਣਾ ਆਪਾਂ ਕਿਸੇ ਨੇ ਕਰੇ ਆਪਾਂ ਸਰਕਾਰ ਬਣਾਉਣੀ ਐ ਗਰੀਬ ਕਿਸਾਨ ਮਜ਼ਦੂਰ ਵਪਾਰੀ ਪੰਜਾਬ ਦੀ ਸਰਕਾਰ ਬਣਾਉਣੀ ਹੈ ਤੇ ਮੈਂ ਸਰਕਾਰ ਬਣਾ ਕੇ ਮੈਂ ਤੁਹਾਨੂੰ ਇੰਨੀਆਂ ਗੱਲਾਂ ਦੋ ਤਿੰਨ ਗੱਲਾਂ ਤਾਂ ਆਪਾਂ ਹੁਣੀ ਕਹਿਣਾ ਚਾਹਣਾ ਹੈ ਇਹ ਗੱਲ ਮੈਂ ਨਾਂਨ ਕਰਦਾ ਹਾਂ ਆ ਤਿੰਨੇ ਕਾਨੂੰਨ ਪੰਜਾਬ 'ਚ ਨਹੀਂ ਲਾਗੂ ਹੋ ਸਕਦੇ ਉਹ ਗਰੰਟੀ ਦਿੰਦਾ ਦੂਜੀ ਗੱਲ ਬਾਕੀ ਕਈ ਵੱਡੀਆਂ ਗੱਲਾਂ ਤਾਂ ਕਰਾਂਗੇ ਮੈਂ ਕਈ ਵੱਡੀਆਂ ਗੱਲਾਂ ਕਰਾਂਗੇ ਦੂਜੀ ਗੱਲ ਮੈਂ ਕਹਿਣਾ ਚਾਹਣਾ ਥੋਡੇ ਘਰ ਦੇ ਬਿੱਲ ਬਿਜਲੀ ਦੇ ਅੱਧੇ ਕਰ ਦੂੰਗਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੀਜੀ ਗੱਲ ਕਣ ਕਣਕ ਤੇ ਝੋਨੇ ਦੀ ਤਾਂ ਐਮਐਸਪੀ ਆਪਾਂ ਸੈਂਟਰ ਤੋਂ ਰੱਖਣੀ ਰੱਖਣੀ ਹੈ ਲੈਣੀ ਲੈਣੀ ਹੈ ਪਰ ਮੈਂ ਤੁਹਾਨੂੰ ਵਾਅਦਾ ਕਰਦਾ ਜਿੰਨੀਆਂ ਸਬਜ਼ੀਆਂ ਵੇਚਦੇ ਹੋ ਤੁਸੀਂ ਜਿੰਨੇ ਫਰੂਟ ਵੀਚਦੇ ਹੋ ਸਾਰਿਆਂ ਨੂੰ ਆਉਣ ਵਾਲੀ ਸਰਕਾਰ ਆਪਣੀ ਐਮਐਸਪੀ ਤੇ ਦੇਊਗੀ ਤੇ ਜਿੰਦਾਬਾਦ ਜਿੰਦਾਬਾਦ ਚੌਥੀ ਗੱਲ ਜਿਹੜੇ ਆਪਣੇ ਪਿੰਡਾਂ 'ਚ ਜਿਹੜੇ ਆਪਣੇ ਪਿੰਡਾਂ 'ਚ ਕੱਚੀਆਂ ਗਲੀਆਂ ਦੇਖਦੇ ਹੋ ਆਪਣੀ ਆਉਣ ਵਾਲੀ ਸਰਕਾਰ ਵਿੱਚ 12000 ਪਿੰਡ 12000 ਪਿੰਡਾਂ 'ਚ 12000 ਪਿੰਡਾਂ ਵਿੱਚ ਸੀਮੈਂਟ ਦੀਆਂ ਗਲੀਆਂ ਨਾਲੀਆਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਹੋਊਗਾ ਜਿਵੇਂ ਸ਼ਹਿਰਾਂ 'ਚ ਹੈ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾ ਕੇ ਦਿਖਾਵਾਂਗੇ ਐ ਤੁਸੀਂ ਜਾਣਦੇ ਹੋ ਨਹੀਂ ਤੁਸੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਕਿ ਜੋ ਵੀ ਅੱਜ ਤੱਕ ਵਾਦਾ ਕੀਤਾ ਪੂਰਾ ਕੀਤਾ ਹੈ ਜਿਹੜੇ ਮਲਾਜ਼ਮ ਵੀਰ ਜਿਨ੍ਹਾਂ ਨੂੰ ਪਿਛਲੇ 4 ਸਾਲ ਡੀਏ ਨਹੀਂ ਦਿੱਤਾ ਜੇ ਕੈਪਟਨ ਦੀ ਸਰਕਾਰ ਨਹੀਂ ਦਊਗੀ ਔਨ ਸਾਲ ਪਹਿਲੇ ਸਾਲ ਅਸੀਂ ਡੀਏ ਦੇਵਾਂਗੇ ਬੋਲੇ ਸੋਨ ਰਹਾ ਜੇਪੀ ਕਮਿਸ਼ਨ ਜਿਹੜਾ 4 ਸਾਲ ਕੈਪਟਨ ਨੇ ਨਹੀਂ ਲਾਗੂ ਕੀਤਾ ਆਪਣੀ ਸਰਕਾਰ ਆਉਣ ਤੇ ਅਸੀਂ ਪੇ ਕਮਿਸ਼ਨ ਲਾਗੂ ਕਰਾਂਗੇ ਨਾਲੇ ਜਿਹੜਾ ਟੈਕਸ ਨੂੰ ਸਟਰਕਚਰ ਹੈ ਐਨਾ ਸੌਖਾ ਕਰ ਦਾਂਗੇ ਕਿ ਵਪਾਰੀ ਨੂੰ ਕੋਈ ਸਰਕਾਰੀ ਦਫਤਰਾਂ ਚ ਆਉਣ ਦੀ ਲੋੜ ਨਾ ਪਵੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਆਓ ਆਪਣੀ ਸਰਕਾਰ ਬਣਾਈਏ ਪੰਜਾਬੀਆਂ ਦੀ ਸਰਕਾਰ ਬਣਾਈਏ ਇੱਕ ਗੱਲ ਮੈਂ ਜਿਹੜੀ ਬਹੁਤ ਜ਼ਰੂਰੀ ਭੁੱਲ ਗਿਆ ਕਹਿਣੀ ਤੇ ਯਾਦ ਕਰਾਈ ਹੈ ਦੇਖੋ ਵੱਡਾ ਸਭ ਤੋਂ ਵੱਡਾ ਪਾਪ ਕੀਤਾ ਕੈਪਟਨ ਨੇ ਬਾਦਲ ਸਾਹਿਬ ਐਸੀ ਬੱਚਿਆਂ ਨੂੰ ਮੁਫਤ ਸਕਾਲਰਸ਼ਿਪ ਦਿੰਦੇ ਸੀ ਤਕਰੀਬਨ 4 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਹਰ ਸਾਲ ਬੜੇ ਦੁੱਖ ਨਾਲ ਕਹਿਣਾ ਬੁਣਾ 4 ਸਾਲ ਹੋ ਗਏ ਕੈਪਟਨ ਨੇ ਸਕਾਲਰਸ਼ਿਪ ਬੰਦ ਕਰਤੀ ਸਾਧੂ ਸਿੰਘ ਧਰਮਸੋਵ ਵਰਗਿਆਂ ਨੇ ਪੈਸਾ ਖਾ ਗਏ 4 ਲੱਖ ਬੱਚੇ ਜਿਹੜੇ ਹਰ ਸਾਲ ਪੜਦੇ ਸੀ ਉਹ ਬਿਚਾਰੇ ਕਾਲਜ ਚ ਪੜ ਨਹੀਂ ਸਕੇ ਦੇਖੋ ਗਰੀਬ ਬੱਚਿਆਂ ਦੀ ਨੌਕਰੀ ਕਰਦੇ ਆ ਪੜਾਈ ਬੰਦ ਕਰਦੇ ਐਸ ਕਰਕੇ ਮੈਂ ਇਨਾ ਕਹਿਣਾ ਜਦੋਂ ਸਾਡੀ ਸਰਕਾਰ ਆਈ ਹਰ ਐਸਸੀ ਨੂੰ ਮੁਫਤ ਪੜਾਈ ਹੋਊਗੀ ਤੇ ਬੀਸੀ ਨੂੰ ਵੀ ਐਸਸੀ ਬੀਸੀ ਦੋਨੋਂ ਨੂੰ ਮੁਫਤ ਪੜਾਈ ਦਿੱਤੀ ਜਾਊਗੀ ਸਕਾਲਰਸ਼ਿਪ ਦਿੱਤੀ ਜਾਊਗੀ ਜਿਵੇਂ ਅਸੀਂ ਪਹਿਲੇ ਦਿੰਦੇ ਸੀ